ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਸੋਲਵ ਕਰਨ ਵਾਲੇ ਹਾਂ ਜੀ 2024 ਦਾ ਸਾਇੰਸ ਦਾ ਪੇਪਰ। ਚਲੋ ਕਰੀਏ ਸੋਲਵ, ਠੀਕ ਹੈ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਪਹਿਲਾਂ ਤਾਂ ਹੈਗਾ ਜੀ ਅਥੀਨ ਦਾ ਅਨਵੀ ਫਾਰਮੂਲਾ ਕੀ ਆ, ਠੀਕ ਹੈ ਜੀ, ਕੀ ਆ C3H3। ਸੋ ਹੁਣ ਕਰਦੇ ਨੈਕਸਟ, ਮਨੁੱਖ ਵਿੱਚ ਕਿੰਨੇ ਲਿੰਗ ਗੁਣ ਸੂਤਰ ਹੁੰਦੇ ਆ, ਠੀਕ ਹੈ, ਦੋ ਹੁੰਦੇ ਆ ਜੀ, ਐਕਸ ਅਤੇ ਵਾਈ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਬੀਟਿੰਗ ਕਿਸ ਜੀਵ ਵਿੱਚ ਹੁੰਦੀ ਆ, ਠੀਕ ਹੈ, ਹਾਈਡਰਾ, ਠੀਕ ਹੈ। ਨੈਕਸਟ ਦੇਖਦੇ ਹਾਂ, ਸੋ ਇਹਦਾ ਥੋੜ੍ਹਾ ਜਿਹਾ ਗਲਤ ਹੋ ਗਿਆ ਸੀ, ਇਹਦਾ ਹੈਗਾ ਜੀ ਇਹਦਾ ਹੈਗਾ ਜੀ ਯੀਸਟ। ਨੈਕਸਟ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਪੌਦਾ ਹਾਰਮੋਨ ਹੈ, ਠੀਕ ਹੈ, ਕਿਹੜਾ ਵਾ, ਸਟਾਈਕੋਆਨਿਨ, ਠੀਕ ਹੈ। ਨੈਕਸਟ ਦੇਖਦੇ ਹਾਂ, ਹਰੇ ਪੌਦੇ ਵਿੱਚ ਪੋਸ਼ਣ ਹੁੰਦਾ ਹੈ, ਠੀਕ ਹੈ, ਕਿੱਥੇ ਹੁੰਦਾ ਜੀ, ਸਵੈਪੋਸ਼ੀ। ਨੈਕਸਟ ਦੇਖਦੇ ਹਾਂ, ਨੈਕਸਟ ਆਜੂ ਜੀ ਆਪਣਾ, ਮਨੁੱਖ ਵਿੱਚ ਗੁਰਦੇ ਕਿਸ ਤੰਤਰ ਦਾ ਭਾਗ ਆ, ਠੀਕ ਹੈ, ਗੁਰਦੇ ਕਿਸ ਤੰਤਰ ਦਾ ਜੀ, ਮਲ ਤਿਆਗ, ਠੀਕ ਹੈ। ਨੈਕਸਟ ਆਜੂਗਾ ਜੀ, ਤੁਸੀਂ ਆਪਣੀ ਰਸੋਈ ਵਿੱਚ ਲੋਹੇ ਦੀ ਕੜਾਈ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕਿਹੜੀ ਵਿਧੀ ਅਪਣਾਓਗੇ, ਠੀਕ ਹੈ। ਸੋ ਆਪਾਂ ਲਾਵਾਂਗੇ ਜੀ ਉਪਰੋਕਤ ਸਾਰੇ। ਨੈਕਸਟ ਆਜੂ ਜੀ, ਜਦੋਂ ਤੁਸੀਂ ਬਦਹਜ਼ਮੀ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਜਾਂਦੇ ਹੋ, ਡਾਕਟਰ ਕਿਹੜੀ ਦਵਾਈ ਦਿੰਦਾ, ਠੀਕ ਹੈ, ਸੋ ਕਿਹੜੇ ਦਿੰਦਾ ਜੀ, ਐਂਟ ਐਸਿਡ। ਅਤੇ ਨੈਕਸਟ ਦੇਖਦੇ ਹਾਂ, ਨੈਕਸਟ ਹੈਗਾ ਜੀ, ਉਸ ਘੋਲ ਦਾ PH ਕੀ ਹੋਵੇਗਾ ਜਿਹੜਾ ਲਾਲ ਲਿਟਮਸ ਪੀਲਾ ਹੋਵੇ, ਠੀਕ ਹੈ, ਸੋ ਲਾਲ ਨੂੰ 10, ਠੀਕ ਹੈ। ਨੈਕਸਟ ਹੈਗਾ ਜੀ, ਮੈਗਨੀਸ਼ੀਅਮ ਰੀਵਨ ਤੋਂ ਬਾਅਦ ਪਾਊਡਰ ਦਾ ਰੰਗ ਕੀ ਹੁੰਦਾ, ਠੀਕ ਹੈ, ਚਿੱਟਾ। ਨੈਕਸਟ ਆਜੂਗਾ ਜੀ, ਸਧਾਰਨ ਅੱਖ ਦਾ ਦੂਰ ਬਿੰਦੂ ਕਿੰਨਾ ਹੁੰਦਾ, 25 cm। ਨੈਕਸਟ ਦੇਖਦੇ ਹਾਂ, ਸੋ ਦੋਸਤੋ ਇਹਦਾ ਵੀ ਗਲਤ ਹੋ ਗਿਆ, ਸੋਰੀ, ਇਹਦਾ ਹੈਗਾ ਜੀ ਅਨੰਤ। ਆਪਾਂ ਦੂਰ ਤੱਕ ਜਿੰਨੀ ਮਰਜ਼ੀ ਦੂਰ ਤੱਕ ਦੇਖ ਸਕਦੇ ਹਾਂ, ਜੇ ਆਪਾਂ ਨੇੜੇ ਦੀ ਦੇਖਣੀ ਹੋਵੇ ਫਿਰ 25 cm ਆ, ਠੀਕ ਹੈ। ਸੋ ਹੁਣ ਦੇਖਦੇ ਨੈਕਸਟ, ਨੈਕਸਟ ਹੈਗਾ ਜੀ, ਬਿਜਲੀ ਸ਼ਕਤੀ ਦਾ ਮਾਤਰਕ ਕੀ ਆ, ਠੀਕ ਹੈ, ਸੋ ਕੀ ਆ ਜੀ, ਇਹਦੇ 'ਚ ਹੈਗਾ ਜੀ ਆਪਣਾ ਐਂਪਲੀਅਰ। ਨੈਕਸਟ ਦੇਖਦੇ ਹਾਂ, ਸਮਾਨ ਚੁੰਬਕੀ ਧਰਾਵਾਂ ਆਪਸ ਵਿੱਚ ਕੀ ਹੁੰਦੀਆਂ ਜੀ, ਠੀਕ ਹੈ, ਸੋ ਕੀ ਹੁੰਦੀਆਂ ਜੀ, ਆਕਰਸ਼ਣ। ਨੈਕਸਟ ਦੇਖਦੇ ਹਾਂ, ਚੁੰਬਕੀ ਸੂਈ ਹਮੇਸ਼ਾ ਕਿਹੜੀ ਦਿਸ਼ਾ ਵੱਲ ਹੁੰਦੀ ਆ, ਠੀਕ ਹੈ, ਕਿਹੜੀ ਇਸ ਦਿਸ਼ਾ ਵੱਲ ਹੁੰਦੀ ਹੈ ਜੀ, ਉੱਤਰ ਵੱਲ। ਨੈਕਸਟ ਦੇਖਦੇ ਹਾਂ, ਕਲੋਰੋਫੋਰੋਕਾਰਬਨ ਦੀ ਵਰਤੋਂ ਹੁੰਦੀ ਆ, ਠੀਕ ਹੈ, ਸੋ ਉਪਰੋਕਤ ਸਾਰੇ ਇੱਥੇ ਆਜੂਗਾ। ਨੈਕਸਟ ਦੇਖਦੇ ਹਾਂ, ਜੀਵ ਮੰਡਲ ਵਿੱਚ ਸ਼ਾਮਿਲ ਹਨ, ਠੀਕ ਹੈ, ਕੌਣ ਆ ਜੀ, ਉਪਰੋਕਤ ਸਾਰੇ, ਠੀਕ ਹੈ, ਵਾਯੂਮੰਡਲ, ਜਲ ਮੰਡਲ, ਥਲ ਮੰਡਲ, ਸਾਰੇ। ਇਹ ਜਿਹੜਾ ਹੁੰਦਾ ਜੀ ਆਪਣੇ ਓਹਮ ਦੇ ਨਿਯਮ 'ਚ ਹੁੰਦਾ, ਸੋ ਇਹਦਾ ਆਂਸਰ ਆਜੂ ਜੀ ਓਹਮ ਨੇ, ਠੀਕ ਹੈ। ਨੈਕਸਟ ਆ ਜੀ, ਨੇਤਰ ਲੈਂਸ ਦੀ ਫੋਕਸ ਦੂਰੀ ਪਰਿਵਰਤਨ ਕੀਤਾ ਜਾਂਦਾ ਹੈ ਸਿਲੀਅਰ ਪੇਸ਼ੀ ਦੁਆਰਾ, ਠੀਕ ਹੈ। ਨੈਕਸਟ ਆਜੂ ਜੀ, ਇੱਕ ਉੱਤਰ ਲੈਂਸ ਦੀ ਸ਼ਕਤੀ ਡਾਇਪਟਰ ਹੈ, ਇਸ ਦੀ ਫੋਕਸ ਦੂਰੀ। ਅਤੇ ਹੁਣ ਆਜੂ ਜੀ, ਪਰਾਗਰੋਸ਼ ਕਿਸ ਵਿੱਚ ਹੁੰਦਾ, ਠੀਕ ਹੈ, ਸੋ ਪਰਾਗਰਣ 'ਚ। ਨੈਕਸਟ ਦੇਖਦੇ ਹਾਂ, ਨੈਕਸਟ ਆਜੂ ਜੀ ਆਪਣੀ ਖਾਲੀ ਥਾਵਾਂ, ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਕੀ ਆ, ਠੀਕ ਹੈ ਜੀ, CO, ਠੀਕ ਹੈ। ਨੈਕਸਟ ਦੇਖਦੇ ਹਾਂ, ਧਾਤੂ ਨੂੰ ਪਤਲੀ ਧਾਰ ਦੇ ਰੂਪ ਵਿੱਚ ਖਿੱਚਣ ਵਾਲਾ, ਠੀਕ ਹੈ, ਉਹਨੂੰ ਕੀ ਕਹਿੰਦੇ ਜੀ, ਖਿੱਚਣ ਯੋਗਤਾ, ਠੀਕ ਹੈ। ਨੈਕਸਟ ਆਜੂ ਜੀ, ਪੌਦਿਆਂ ਵਿੱਚ ਜ਼ਾਈਲਮ ਪਾਣੀ ਲਈ ਜ਼ਿੰਮੇਵਾਰ ਹੁੰਦਾ, ਠੀਕ ਹੈ। ਨੈਕਸਟ ਦੇਖਦੇ ਹਾਂ, ਦੋ ਨਾੜੀ ਸੈੱਲਾਂ ਦੇ ਵਿਚਕਾਰਲੀ ਥਾਂ ਨੂੰ ਸਾਈਨੈਪਸ ਕਹਿੰਦੇ ਆ, ਠੀਕ ਹੈ ਜੀ। ਆਭਾਸੀ ਪ੍ਰਤੀਬਿੰਬ ਦਰਪਣ ਦੁਆਰਾ ਦੇ ਪਿੱਛੇ ਬਣਦਾ, ਠੀਕ ਹੈ, ਗਲਤ ਹੈ ਇਹਦਾ। ਨੈਕਸਟ ਹੈਗਾ ਜੀ, ਗੁਰਦੇ ਦੇ ਦੋ ਮੁੱਖ ਕਾਰਜ ਦੇਖੋ। ਸੋ ਦੋਸਤੋ ਇਹਦਾ ਹੈਗਾ ਜੀ, ਦੇ ਮੁੱਖ ਕਾਰਜ ਕੀ ਆ, ਠੀਕ ਹੈ, ਖੂਨ ਦੇ ਵਿੱਚੋਂ ਗੰਦਗੀ ਕੱਢਦਾ ਅਤੇ ਸਾਫ਼ ਖੂਨ ਸਰੀਰ ਵਿੱਚ ਭੇਜਦਾ, ਠੀਕ ਹੈ, ਗੁਰਦੇ ਦਾ। ਨੈਕਸਟ ਹੈਗਾ ਜੀ, ਗੁਰਦਾ ਮੀਨਸ ਕਿਡਨੀ। ਸ਼ੂਈ ਮੂਈ ਦੇ ਪੌਦੇ ਵਿੱਚ ਗਤੀ ਅਤੇ ਸਾਡੇ ਲੱਤ ਦੀ ਗਤੀ ਵਿੱਚ ਕੀ ਅੰਤਰ ਆ, ਜਿਵੇਂ ਤੁਸੀਂ ਇੱਥੇ ਆਂਸਰ ਦੇਖ ਸਕਦੇ ਹੋ, ਠੀਕ ਹੈ, ਸ਼ੂਈ ਮੂਈ ਦੇ ਪੌਦੇ ਵਿੱਚ ਗਤੀ
ਸਾਡੀ ਲੱਤ ਦੀ ਗਤੀ, ਠੀਕ ਹੈ। ਚੂਈ ਮੂਈ ਦੇ ਪੌਦੇ ਦੇ ਛੂਹਣ 'ਤੇ ਅਨਿੱਛਤ ਕਿਰਿਆ ਹੁੰਦੀ ਹੈ, ਠੀਕ ਹੈ, ਸਾਡੀ 'ਤੇ ਇੱਕ ਇੱਛਤ ਕਿਰਿਆ ਹੁੰਦੀ ਆ। ਸੂਚਨਾ ਲਿਜਾਣ ਲਈ ਕੋਈ ਖਾਸ ਟਿਸ਼ੂ ਨਹੀਂ ਹੁੰਦਾ, ਸੂਚਨਾ ਲਿਜਾਣ ਲਈ ਪੂਰੀ ਨਾੜੀ ਪ੍ਰਣਾਲੀ ਹੁੰਦੀ ਆ। ਪੌਦਾ ਇਹ ਸਾਰੇ ਤੁਸੀਂ ਚੈੱਕਆਊਟ ਕਰ ਲਿਓ। ਹੁਣ ਦੇਖਦੇ ਹਾਂ ਨੈਕਸਟ, ਅਤੇ ਨੈਕਸਟ ਹੈਗਾ ਜੀ ਆਪਣਾ ਇੱਕ ਸੰਪਲ ਦਰਪਣ, ਠੀਕ ਹੈ। ਸਮਤਲ ਦਰਪਣ ਦੁਆਰਾ ਪੈਦਾ ਹੋਇਆ ਇੱਕ ਵਰਦਰਸ਼ਨ ਇੱਕ ਪਲੱਸ ਹੈ, ਇਸ ਦਾ ਕੀ ਮਤਲਬ ਆ? ਇਹ ਤੁਸੀਂ ਦੇਖ ਲਿਓ ਕੁਸ਼ਚਨ, ਠੀਕ ਹੈ। ਇੱਕ ਵਿਸਥਾਪਨ ਕਿਰਿਆ ਦੀ ਪਰਿਭਾਸ਼ਾ ਦਿਓ, ਠੀਕ ਹੈ, ਜੋ ਕੀ ਕਹਿੰਦੇ ਵਿਸਥਾਪਨ ਹੋ ਜਾਂਦੀ ਹੈ, ਠੀਕ ਹੈ, ਅਤੇ ਫਿਰ ਉਹਦੀ ਇੱਕ ਪਰਿਭਾਸ਼ਾ ਲਿਖ ਦਿਓ ਵਿਸਥਾਪਨ ਕਿਰਿਆ ਦੀ, ਹੋਊਗੀ ਤੁਹਾਡੀ ਬੁੱਕ ਦੇ ਪਹਿਲੇ 'ਚ ਹੀ। ਪੋਸ਼ਣ ਦੀ ਪਰਿਭਾਸ਼ਾ ਦਿਓ ਉਸ ਦੀਆਂ 3 ਵਿਧੀਆਂ, ਠੀਕ ਹੈ, ਕਿਹੜੀਆਂ ਹਨ? ਇਹ ਤੁਹਾਡੇ ਪੋਸ਼ਣ ਵਾਲੇ ਚੈਪਟਰ ਮੀਨਸ ਜੀ ਵਾਲੇ ਚੈਪਟਰ 'ਚ ਆ, ਇਹ ਤੁਸੀਂ ਚੈੱਕਆਊਟ ਕਰ ਲਿਓ। ਪ੍ਰਕਾਸ਼ ਦੇ ਪਰਿਵਰਤਨ ਦਾ ਨਿਯਮ ਦੱਸੋ। ਜਿਵੇਂ ਤੁਸੀਂ ਦੇਖ ਸਕਦੇ ਹੋ ਪਰਿਵਰਤਨ ਦੇ ਨਿਯਮ, ਆਪਤਕੋਣ ਪਰਿਵਰਤਨ ਕੋਣ ਦੇ ਬਰਾਬਰ ਹੁੰਦਾ ਹੈ, ਅਪਤਿਤ ਕਿਰਨ ਦਰਪਣ ਅਤੇ ਆਪਤਨ ਬਿੰਦੂ ਉੱਪਰ ਅਤੇ ਪਰਿਵਰਤਨ ਕਿਰਨ ਸਾਰੇ ਤੁਲ ਹੁੰਦੇ ਹਨ, ਠੀਕ ਹੈ। ਹੁਣ ਕਰਦੇ ਨੈਕਸਟ। ਨੈਕਸਟ ਆ ਜਾਂਦਾ ਜੀ, ਇੱਕ ਕਿਸੇ ਪੁਲਾੜ ਯਾਤਰੀ ਨੂੰ ਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਦਿਖਾਈ ਦਿੰਦਾ ਹੈ? ਬਿਜਲੀ ਸ਼ਾਰਟ ਸਰਕਟ ਕਦੋਂ ਹੁੰਦਾ ਹੈ? ਜਿਵੇਂ ਤੁਸੀਂ ਆਂਸਰ ਦੇਖ ਸਕਦੇ ਹੋ, ਠੀਕ ਹੈ, ਬਹੁਤ ਹੀ ਉਚਾਈ 'ਤੇ ਹੋਣ ਕਰਕੇ ਪੁਲਾੜ ਯਾਤਰੀ ਨੂੰ ਉੱਥੇ ਕੋਈ ਵੀ ਵਾਯੂਮੰਡਲ ਨਹੀਂ ਹੁੰਦਾ, ਠੀਕ ਹੈ, ਗੈਰ ਮੌਜੂਦਗੀ, ਠੀਕ ਹੈ, ਹਵਾ ਦੀ ਗੈਰ ਮੌਜੂਦਗੀ ਕਣਾਂ ਦੇ ਕਾਰਨ ਉੱਥੇ ਪ੍ਰਕਾਸ਼ ਦਾ ਖੰਡਰਾਉ ਨਹੀਂ ਹੁੰਦਾ, ਇਸ ਕਰਕੇ ਪੁਲਾੜ ਯਾਤਰੀ ਨੂੰ ਕਾਸ਼ ਨੀਲਾ ਦਿਖਾਈ ਦਿੰਦਾ, ਕਾਲਾ ਦਿਖਾਈ ਦਿੰਦਾ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਠੀਕ ਹੈ, ਕਿਸੇ ਕਾਰਨ ਲਾਈਵ ਅਤੇ ਉਦਾਸੀਨ ਤਾਰ ਦੀ ਰੋਧਕ ਪਰਤ ਹਟ ਜਾਣ ਕਰਕੇ ਦੋਨੋਂ ਤਾਰਾਂ ਆਪਸ ਵਿੱਚ ਸੰਪਰਕ ਜਾਂ ਸ਼ੋਰਟਕੱਟ ਹੋ ਸਕਦੀਆਂ ਨੇ, ਠੀਕ ਹੈ। ਹੁਣ ਕਰਦੇ ਨੈਕਸਟ। ਨੈਕਸਟ ਹੈਗਾ ਜੀ, ਕੀ ਹੋਵੇਗਾ ਜੇ ਅਸੀਂ ਆਹਾਰੀ ਪੱਧਰ ਦੇ ਸਾਰੇ ਜੀਵ ਮਾਰ ਦਈਏ, ਠੀਕ ਹੈ। ਲਿੰਗ ਗੁਣ ਸੂਤਰ ਕੀ ਹੈ, ਠੀਕ ਹੈ? ਸੋ ਐਕਸ ਵਾਈ ਜਿਹੜਾ ਹੈਗਾ ਲਿੰਗ ਗੁਣ ਸੂਤਰ ਆ, ਇਹਦੇ ਵਿੱਚ ਤੁਸੀਂ ਬਸ ਥੋੜ੍ਹਾ ਜਿਹਾ ਕਹਿ ਦੇਣਾ ਕਿ ਆਹ ਕੁੜੀ ਦਾ ਹੁੰਦਾ, ਜੇ ਐਕਸ ਐਕਸ ਹੋਊਗਾ ਕੁੜੀ ਹੋਊਗਾ, ਐਕਸ ਵਾਈ ਹੋਊਗਾ ਤਾਂ ਮੁੰਡਾ ਹੋਊਗਾ, ਠੀਕ ਹੈ। ਬਸ ਮਾੜਾ ਜਿਹਾ ਹੀ ਇਹ 'ਚ ਸਮਝਾਉਣਾ ਸੀ, ਦੋ ਨੰਬਰ ਦਾ ਹੈਗਾ ਵਾ, ਠੀਕ ਹੈ। ਸੋ ਆਹਰੀ ਪੱਧਰ ਵਾਲਾ ਦੇਖ ਲੈਂਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਅਜਿਹਾ ਕਰਨ 'ਤੇ ਪ੍ਰਸਤਿਕ ਸੰਤੁਲਨ ਯਾਰ ਕੀ ਆ, ਬਸ ਇਹ 'ਚ ਲਿਖ ਦਿਓ ਸੰਤੁਲਨ ਵਿਗੜ ਜਾਏਗਾ, ਠੀਕ ਹੈ, ਭੋਜਨ ਲੜੀ ਟੁੱਟ ਜਾਏਗੀ, ਠੀਕ ਹੈ। ਜਿਵੇਂ ਦੇਖ ਸਕਦੇ ਹੋ ਘਾਹ ਉਤਪਾਦਨ, ਘਾਹ ਦਾ ਟਿੱਡਾ, ਸ਼ਾਕਾਹਾਰੀ, ਡੱਡੂ, ਮਾਸਾਹਾਰੀ ਆ, ਠੀਕ ਹੈ। ਬਸ ਹੁਣ ਕਰਦੇ ਹਾਂ ਨੈਕਸਟ। ਨੈਕਸਟ ਹੈਗਾ ਜੀ, ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ 'ਤੇ ਸੰਤੁਲਨ ਬਣਾਈ ਰੱਖਦਾ? ਨੈਕਸਟ ਕੁਸ਼ਚਨ ਸੀਗਾ, ਸਾਡੇ ਸਰੀਰ ਦੇ ਵਿੱਚ ਕਿਹੜਾ ਸੰਤੁਲਨ ਬਣਾਈ ਰੱਖਦਾ? ਸੈਰੇਬਲਮ ਇੰਗਲਿਸ਼ 'ਚ ਕਹਿੰਦੇ ਆ, ਅਨੂ ਮਸਤਿਕ ਹਿੰਦੀ 'ਚ, ਠੀਕ ਹੈ। ਹੁਣ ਦੇਖਦੇ ਹਾਂ ਨੈਕਸਟ। ਸੋ ਦੋਸਤੋ ਕੀ ਕਹਿੰਦੇ ਆ, ਪਾਚਨ ਦੀ ਲਾਰ ਦੀ ਮਹੱਤਤਾ ਇਹ ਤੁਹਾਡੇ ਕਿਸੇ ਚੈਪਟਰ 'ਚੋਂ ਆ, ਮੈਨੂੰ ਲੱਭਿਆ ਨਹੀਂ, ਮੇਰੇ ਕੋਲ ਲੱਭਿਆ ਹੀ ਪਈ ਆ ਪਿਛਲੀ ਵੀਡੀਓ 'ਚ, ਠੀਕ ਹੈ। ਇਹ ਦੇਖ ਲਿਓ ਫਲੋਰੀਨ ਦੀ ਇਲੈਕਟ੍ਰੋਨ ਰਚਨਾ ਦੱਸੋ, ਇਹ ਵੀ ਜ਼ਰਾ ਦੇਖ ਲਿਓ। ਅਤੇ ਹੁਣ ਦੇਖਦੇ ਹਾਂ ਨੈਕਸਟ। ਕਸ਼ਿਦਤ ਪਾਣੀ ਵਿੱਚ ਬਿਜਲੀ ਦਾ ਚਾਲਕ ਨਹੀਂ ਹੁੰਦਾ ਜਦੋਂ ਕਿ ਮੀਂਹ ਦਾ ਹੁੰਦਾ? ਜਿਵੇਂ ਤੁਸੀਂ ਦੇਖ ਸਕਦੇ ਹੋ ਪਾਚਨ ਵਾਲਾ, ਠੀਕ ਹੈ, ਲਾਰ ਐਨਜ਼ਾਈਮ ਹੁੰਦਾ, ਠੀਕ ਹੈ, ਜੋ ਕਿ ਸਟਾਰਚ ਦੇ ਜੈਟਿਲ ਅਣੂਆਂ ਨੂੰ ਅਪਕੜਿਤ ਕਰਕੇ ਸਰਲ ਸ਼ੂਗਰ ਵਿੱਚ ਬਦਲ ਦਿੰਦਾ, ਠੀਕ ਹੈ। ਹੁਣ ਦੇਖਦੇ ਹਾਂ ਨੈਕਸਟ। ਨੈਕਸਟ ਹੈਗਾ ਕਸ਼ਿਦਤ ਪਾਣੀ, ਠੀਕ ਹੈ, ਪਾਣੀ ਦਾ ਬਿਲਕੁਲ ਸ਼ੁੱਧ ਰੂਪ ਹੁੰਦਾ, ਇਸ ਕਰਕੇ ਇਸ ਵਿੱਚ ਕੋਈ ਆਇਨ ਨਹੀਂ ਹੁੰਦਾ, ਠੀਕ ਹੈ, ਕੋਈ ਅਸ਼ੁੱਧੀਆਂ ਨਹੀਂ ਘੁਲੀਆਂ ਹੁੰਦੀਆਂ, ਇਸ ਕਰਕੇ ਇਸ ਵਿੱਚ ਬਿਜਲੀ ਦਾ ਚਾਲਕ ਨਹੀਂ ਹੁੰਦਾ। ਹੁਣ ਕਰਦੇ ਹਾਂ ਨੈਕਸਟ। ਨੈਕਸਟ ਹੈਗਾ ਜੀ, ਹੇਠਾਂ ਲਿਖੀਆਂ ਰਸਾਇਣਿਕ ਕਿਰਿਆਵਾਂ ਦਾ ਸੰਤੁਲਿਤ ਸਮੀਕਰਨ ਲਿਖੋ। ਸੋ ਜਿਹੜੀ ਉੱਤੇ ਵਾਲੀ ਆ, ਠੀਕ ਹੈ, ਫਸਟ ਵਾਲੀ, ਇਹਦਾ ਆਂਸਰ ਦੇਖੋ ਕੀ ਆ, ਇਹਦਾ ਫਸਟ ਵਾਲੀ ਦਾ ਇਹਦਾ ਆਂਸਰ ਹੈਗਾ ਜੀ ਐਚ 2 ਪਲੱਸ ਸੀ, ਠੀਕ ਹੈ, ਐੱਲ 2 ਬਰਾਬਰ ਜੋ ਵੀ ਲਾਈਨ 2 ਐਚ ਸੀ ਆਰ, ਠੀਕ ਹੈ, ਆਰ ਆ ਇਹ ਐਂਡ 'ਤੇ। ਸੋ ਇਹ ਹੋ ਗਈ। ਨੈਕਸਟ ਹੈਗਾ ਜੀ ਸੋਡੀਅਮ ਵਾਲਾ, ਸੋਡੀਅਮ 2 ਐੱਨ ਏ, ਠੀਕ ਹੈ, ਅਤੇ ਪਲੱਸ 2 ਐੱਚ 2, ਠੀਕ ਹੈ, ਬਰਾਬਰ
ਟੂ ਐਨ ਓ ਸੋਰੀ ਏ ਓ ਐਚ ਪਲੱਸ ਐਚ ਟੂ। ਠੀਕ ਹੈ, ਹੁਣ ਕਰਦੇ ਹਾਂ ਨੈਕਸਟ। ਨੈਕਸਟ ਹੈਗਾ ਜੀ ਜੰਗ ਲੱਗਣ ਕਿਸ ਨੂੰ ਕਹਿੰਦੇ ਹਨ, ਇਸ ਦਾ ਰਸਾਇਣਿਕ ਸੂਤਰ ਲਿਖੋ, ਇਸ ਨਾਲ ਕੋਈ ਹੋਣ ਵਾਲੀ ਹਾਨੀ ਕੀ ਆ। ਠੀਕ ਹੈ, ਇਹ ਤੁਸੀਂ ਲਿਖ ਲਓਗੇ, 6 ਪੇਸ਼ਨ ਹੈਗੇ, 3 ਦਿਨ ਵਾਲੇ ਪਹਿਲੇ ਚੈਪਟਰ 'ਚੋਂ ਹੀ ਆ। ਠੀਕ ਹੈ, ਸਮਝਾਤੀ ਲੜੀ ਕੀ ਹੁੰਦੀ ਆ ਉਦਾਹਰਨਾਂ ਦੇ ਕੇ ਸਮਝਾਓ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਸਮਝਾਈ ਹੋਈ ਆ ਪਿਛਲੇ ਚੈਪਟਰ 'ਚ, ਦੇਖ ਲਿਓ ਅਨਿੱਛਤ ਅਤੇ ਪ੍ਰਵਿਰਤੀ ਕਿਰਿਆਵਾਂ। ਠੀਕ ਹੈ, ਜੋ ਇਹ ਹੈਗਾ ਜੀ ਹੁਣੀ ਆਪਾਂ ਜਿਹੜੇ ਚੈਪਟਰ ਕਰਕੇ ਇੱਥੇ ਹਾਂ, ਓਜ਼ੋਨ ਪਰਤ ਦੀ ਹਾਨੀ ਦੀ ਚਿੰਤਾ ਵਿਸ਼ਾ। ਠੀਕ ਹੈ, ਇਸ ਹਾਨੀ ਨੂੰ ਘੱਟ ਕਰਨ ਲਈ ਕੀ ਕਦਮ ਉਠਾਏ ਗਏ ਹਨ। ਠੀਕ ਹੈ, ਸੋ ਉਹ ਜਿਹੜੀ ਓਜ਼ੋਨ 15ਵੇਂ ਚੈਪਟਰ 'ਚ ਆ ਇਹ ਤੁਸੀਂ ਦੇਖ ਲਿਓ, ਤਾਰੇ ਕਿਉਂ ਟਿਮਟਮਾਉਂਦੇ ਨੇ। ਠੀਕ ਹੈ, ਇਹ ਵੀ ਦਿਖਾ ਦਿੰਦਾ ਮੈਂ ਤੁਹਾਨੂੰ, ਜਿਵੇਂ ਤੁਸੀਂ ਦੇਖ ਸਕਦੇ ਹੋ ਧਾਰੀ ਤੋਂ ਧਰਤੀ ਤੋਂ ਬਹੁਤ ਦੂਰ ਹੋਣ ਕਰਕੇ, ਠੀਕ ਹੈ, ਇਹ ਟਿਮਟਮਾਉਂਦੇ ਆ ਜਿੱਥੇ। ਇਹ ਸਾਰਾ ਪੜ੍ਹ ਲਿਓ ਅਤੇ ਹੁਣ ਕਰਦੇ ਹਾਂ ਆਪਾਂ ਨੈਕਸਟ। ਨੈਕਸਟ ਆ ਜੂ ਜੀ, ਇੱਕ ਸੰਪਲ ਦਰਪਣ ਬਣਾਏ ਗਏ ਪ੍ਰਤੀਬਿੰਬ ਦੇ ਲੱਛਣ ਦੱਸੋ। ਮੀਂਹ ਤੋਂ ਬਾਅਦ ਆਕਾਸ਼ ਵਿੱਚ ਸਤੰਗੀ ਪੀਣੇ ਬਹੁਤ ਸੌਖੇ ਸੌਖੇ ਤੁਸੀਂ ਕਰ ਲਉਂਗੇ। ਭੋਜਨ ਲੜੀ ਵਿੱਚ ਅਤੇ ਭੋਜਨ ਜਾਲ ਵਿੱਚ ਅੰਤਰ ਦੱਸੋ। ਠੀਕ ਹੈ, ਸੰਪਲ ਦਰਪਣ, ਅਵਤਲ ਦਰਪਣ ਅਤੇ ਉੱਤਲ ਦਰਪਣ ਦੇ ਛੋਏ ਬਿਨਾਂ ਇਹਨਾਂ ਦੇ ਫਰਕ ਕਿਵੇਂ ਪਤਾ ਕਰੋਗੇ। ਠੀਕ ਹੈ, ਹੋ ਗਏ ਜੀ ਆਪਣੇ 3-3 ਨੰਬਰਾਂ ਵਾਲੇ, 2-2 ਨੰਬਰਾਂ ਵਾਲੇ, 1-1 ਨੰਬਰਾਂ ਵਾਲੇ ਪੂਰੇ। ਨੈਕਸਟ ਆ ਜੂ ਜੀ ਆਪਣੇ 5-5 ਨੰਬਰਾਂ ਵਾਲੇ। ਠੀਕ ਹੈ, ਹੇਠ ਦਿੱਤੇ ਪਦਾਂ ਦੀ ਵਿਆਖਿਆ ਕਰੋ। ਠੀਕ ਹੈ, ਕੁਟੀਨ ਯੋਗ ਜਿਨ੍ਹਾਂ ਨੂੰ ਆਪਾਂ ਕੁੱਟ ਕੇ ਬਣਾਉਂਦੇ ਹਾਂ, ਖਚੀਨ ਯੋਗ ਜਿਹੜਾ ਕੁੱਟ ਖਿੱਚ ਕੇ ਬਣਾਈ ਦਾ। ਠੀਕ ਹੈ, ਕੱਚੀ ਧਾਤ ਉਹ ਹੁੰਦੀ ਹੈ ਜਿਹੜੀ ਆਪਾਂ ਕੱਚੀ ਧਾਤ ਤੋਂ ਆਪਾਂ ਬਣਾ ਦਿੰਦੇ ਹਾਂ ਮਿਸ਼ਰਤ ਧਾਤ। ਠੀਕ ਹੈ, ਸੋ ਇਹਨੂੰ ਕੁੱਟ ਕੇ ਆਪਾਂ ਕੁਛ ਮਿਸ਼ਰਤ ਧਾਤ ਬਣਾ ਦਿੰਦੇ ਹਾਂ। ਠੀਕ ਹੈ, ਅਤੇ ਮਿਸ਼ਰਤ ਧਾਤ ਆਪਾਂ ਨੂੰ ਵਧੀਆ ਚੱਜ ਦੇ ਜਦੋਂ ਆਪਾਂ ਸਮਾਨ ਬਣਾਉਣ ਹੁੰਦਾ ਉਦੋਂ ਕੰਮ ਆਉਂਦੀ ਆ, ਅਤੇ ਜਿਹੜੀ ਧਾਤਵੀਂ ਚਮਕ ਆ ਇਹਦੇ ਵਿੱਚੋਂ ਹੀ ਆਉਂਦੀ ਆ। ਠੀਕ ਆ, ਵਧੀਆ ਧਾਤਾਂ ਜਦੋਂ ਆਪਾਂ ਬਣਾਉਂਦੇ ਹਾਂ ਚੱਜ। ਠੀਕ ਹੈ, ਬਾਕੀ ਮੈਂ ਭੋਰੀ ਆ ਕਿ ਨਹੀਂ ਇਹ ਤੁਸੀਂ ਦੇਖ ਲਿਓ। ਚੱਜ ਨਾ ਦੇਖੋ ਮੈਂ ਦੱਸ ਦਿੰਦਾ, ਕੁਟੀਨ ਯੋਗ ਹੁੰਦੀ ਆ ਧਾਤਾਂ ਜਿਹੜੀਆਂ ਆਪਾਂ ਪਤਲੀਆਂ ਚਾਦਰਾਂ ਨੂੰ ਕੁੱਟ ਕੇ ਬਣਾਉਂਦੇ ਆ ਉਹਨੂੰ ਕੁਟੀਨ ਯੋਗ ਕਹਿੰਦੇ ਆ, ਖਿੱਚ ਕੇ ਬਰੀਕ ਤਾਰਾਂ ਬਣਾਉਂਦੇ ਆ ਉਹਨੂੰ ਆਪਾਂ ਖਚੀਨ ਯੋਗ ਕਹਿੰਦੇ ਹਾਂ। ਅਤੇ ਜਿਹੜੀ ਮਿਸ਼ਰਤ ਧਾਤ ਹੁੰਦੀ ਆ, ਠੀਕ ਹੈ, 2 ਜਾਂ 2 ਤੋਂ ਵੱਧ ਧਾਤਾਂ ਧਾਤ ਅਧਾਤ ਦੀ ਸਮੰਗੀ ਮਿਸ਼ਰਨ ਨੂੰ ਮਿਸ਼ਰਤ ਧਾਤ ਜਾਂ ਐਲੋਏ ਕਹਿੰਦੇ ਆ। ਠੀਕ ਹੈ, ਕਿਹੜੀਆਂ ਧਾਤਾਂ ਆਸਾਨੀ ਨਾਲ ਨਹੀਂ ਖੁਰਦੀਆਂ। ਠੀਕ ਹੈ, ਇਹ ਨਹੀਂ ਬਸ ਇੰਨਾ ਕੀ ਆ, ਇੱਕ ਆਪਾਂ ਇਹ ਕਰ ਲਏ, 3 ਕਰ ਲਏ ਨਾ, ਕੱਚੀ ਧਾਤ ਰਹਿ ਗਈ ਅਤੇ ਮਿਸ਼ਰਤ ਧਾਤ। ਅਤੇ ਜਿਹੜੀ ਕੱਚੀ ਧਾਤ ਆ, ਠੀਕ ਹੈ, ਜਿਨ੍ਹਾਂ ਖਣਿਜਾਂ ਵਿੱਚ ਧਾਤ ਦੀ ਮਾਤਰਾ ਵੱਧ ਹੁੰਦੀ ਆ, ਜਿਨ੍ਹਾਂ ਵਿੱਚੋਂ ਧਾਤ ਦਾ ਨਿਸ਼ਕਰਸ਼ ਲਾਹੇਵੰਦ ਢੰਗ ਨਾਲ ਕੀਤਾ ਜਾ ਸਕਦਾ ਹੈ, ਉਸਨੂੰ ਕੱਚੀ ਧਾਤ ਕਹਿੰਦੇ ਆ। ਠੀਕ ਹੈ, ਜਿਹੜੀ ਮਿਸ਼ਰਤ ਧਾਤ ਆ ਇਹ ਆਪਾਂ ਕੱਚੀ ਧਾਤ ਨੂੰ ਕੁੱਟ ਕੇ ਬਣਾਉਂਦੇ ਹਾਂ ਮਿਸ਼ਰਤ ਧਾਤ, ਜਾਂ ਫਿਰ ਇਹਦੀ ਜਗ੍ਹਾ ਤੁਸੀਂ ਕਰ ਸਕਦੇ ਹੋ ਖਣਿਜਿਆਂ 'ਚ ਕੱਚੀ ਧਾਤ ਵਿੱਚ ਅੰਤਰ ਦੱਸੋ। ਠੀਕ ਹੈ, ਮੈਂ ਦੱਸਦਾ, ਜਿਹੜਾ ਅਜਿਹੀ ਧਾਤ ਦੀ ਉਦਾਹਰਣ ਦਿਓ ਜੋ ਕਮਰੇ ਦੇ ਤਾਪਮਾਨ ਦੇ ਤਰਲ ਹੈ ਅਤੇ ਤਾਪ ਦੀ ਸਭ ਤੋਂ ਉੱਤਮ ਚਾਲਕ ਹੈ। ਠੀਕ ਹੈ, ਇਹ ਤੁਸੀਂ ਚੈੱਕਆਊਟ ਕਰ ਸਕਦੇ ਹੋ। ਨੈਕਸਟ ਆ ਜੂਗਾ ਜੀ, ਅੰਕਿਤ ਚਿੱਤਰ ਦੀ ਸਹਾਇਤਾ ਨਾਲ ਫੁੱਲ ਦੇ ਵੱਖ ਵੱਖ ਭਾਗਾਂ ਦਾ ਚਿੱਤਰ ਦੱਸਾਓ ਜਾਂ ਗਰਭ ਨਿਰੋਧਨ ਦੀਆਂ ਵੱਖ ਵੱਖ ਕਿਸਮਾਂ ਦੱਸੋ। ਇਹ ਲਿੰਗੀ ਜਨਨ ਦੇ ਟਾਕਰੇ, ਲਿੰਗੀ ਜਨਨ ਦੇ 2 ਲਾਭ ਦੇਖੋ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਫੁੱਲ ਦਾ ਚਿੱਤਰ ਆਊਗਾ, ਦੇਖ ਲਿਓ। ਸੋ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਠੀਕ ਹੈ, ਸਭ ਤੋਂ ਪਹਿਲਾਂ ਫੁੱਲ ਬਣਾ ਦੇਣਾ ਸੀ, ਉਸ ਤੋਂ ਬਾਅਦ ਇਹਨਾਂ ਦੇ ਪਾਠ ਲਿਖ ਦੇਣੇ ਸੀਗੇ। ਪਾਠ ਲਿਖਣ ਤੋਂ ਬਾਅਦ ਫਿਰ ਉਹਨਾਂ ਨੂੰ ਕਰ ਦੇਣਾ ਸੀ ਜੀ ਵਰਣਨ। ਪੁੰਕੇਸ਼ਰ ਇਹ ਮੇਲ ਪਾਠ ਹੁੰਦਾ, ਇਸਤਰੀ ਪਾਠ ਹੁੰਦਾ। ਠੀਕ ਹੈ, ਇਹ ਰੰਗਦਾਰ ਪੱਤੀਆਂ ਕਿਹਦੇ ਕੰਮ ਲਈ ਆ, ਹਰੇ ਪੱਤੀਆਂ ਕਿਹੜੇ ਕੰਮ ਲਈ ਆ, ਜੋ ਕਿ ਤੁਸੀਂ ਇੱਥੇ ਚੈੱਕਆਊਟ ਕਰ ਸਕਦੇ ਹੋ। ਅਤੇ ਹੁਣ ਆਪਾਂ ਕਰਦੇ ਹਾਂ ਜੀ ਨੈਕਸਟ। ਨੈਕਸਟ ਆ ਜੂਗੀ ਜੀ ਆਪਣੇ 4, 8, 12 ਅਤੇ 24 ਪ੍ਰਤੀਰੋਧ ਦੀਆਂ 4 ਕੁੰਡਲੀਆਂ ਜੋੜਨ 'ਤੇ ਅਧਾਤਮਿਕ ਨਿਊਤਮਕ ਪ੍ਰਤੀਰੋਧ ਕਿੰਨਾ ਹੁੰਦਾ, ਜਾਂ ਫਿਰ ਬਿਜਲੀ ਧਾਰਾ ਕੀ ਹੁੰਦੀ ਆ, ਇਸ ਦੀ ਇਕਾਈ ਕੀ ਆ, ਬਿਜਲੀ ਤਾਰਾ ਦੀ ਇਕਾਈ ਐਂਪੀਅਰ ਆ। ਠੀਕ ਹੈ, ਇਹ ਕੀ ਹੁੰਦੀ ਆ, ਪ੍ਰਤੀਰੋਧ ਕਿਹੜੇ ਕਾਰਕਾਂ ਦੇ ਨਿਯਮ ਕਰਦੀ ਆ, ਸਮੀਕਰਨ ਸਮਝਾਓ। ਚਲੋ ਦੇਖਦੇ ਹਾਂ, ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਅਧਮੰਤਿਕ ਪ੍ਰਤੀਰੋਧ। ਠੀਕ ਹੈ, ਸੋ ਇਹ ਜਿਹੜਾ ਹੈਗਾ ਜੀ ਆਪਣਾ ਆਂਸਰ, ਇਹਦਾ ਹੈਗਾ ਜੀ 48
ਨਿਊਤਮਕ ਤੇ ਆਜੂਗਾ ਜੀ ਆਪਣਾ ਆਨਸਰ 2। ਠੀਕ ਹੈ, ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਦੋਸਤੋ, ਇੱਥੇ ਹੀ ਸਾਰਾ ਪੇਪਰ ਆਪਣਾ ਕੰਪਲੀਟ ਹੁੰਦਾ ਜੀ। ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ, ਚੈਨਲ ਕਰ ਦਿਓ ਸਬਸਕ੍ਰਾਈਬ। ਚਲੋ ਦੋਸਤੋ, ਚੰਗਾ, ਬਾਏ।